आप सारियां संगतां नूं जिस तरह पता ही आ कि जीवन सिंह चतर सिंह की जिहड़ी प्रेस ते सिख जथेबंदियां ने जाके वो सूचना मिलण ते जाके जिहड़ी उत्थे छापा मारिया प्रशासन के संयोग दे नाल भाई अमरीक सिंह जी अजनाला साहब होर सिख जथेबंदियां साडियां भाई बलवीर सिंह जी सारियां ने संयोग करके उत्थे जदों सानूं सूचना मिली कि इत्थे बहुत गलत हो रहा गुटके साहब ते मोथियां साहब बड़ी वड्डी गिनती दे विच छपा के उत्थे ते घरों उहदा जिहड़ा निरादर किया जा रहा जदों सानूं सूचना मिली प्रशासन दे नाल गए ते अंदर दे हालात जिहड़े सी उह ना वेखण योग सी क्योंकि इन्ने ज़्यादा माड़े हालात सी कि मेरा ख्याल है कि असी घर दे विच कोई अखबार लवाई होवे ना वो रद्दी नूं भी असी बड़े वधिया तरीके नाल सामदे आ कि उहनूं असी किसे वरतों विच लिआउणा पर उत्थे पोथियां ते इतिहासिक पोथियां साडियां जिहड़ियां गुटके साहिब सी उहनां दी बड़ी माड़ी हालत सी और असी प्रशासन दा इस कार्रवाई दे विच धन्नवाद करदे आ कि प्रशासन ने साडे नाल जा के बड़ी जिहड़ी बेखूबी जिहड़ी ड्यूटी सी उह अपनी निभाई आ ते उदण रात ही जिहड़ी इहनां ने इहनां ते कानूनी कार्रवाई कर दित्ती आ ते उदों बाद दे विच असीं हुण प्रशासन कोल अज मिले आ बयान वी साडे होए आ पर असी एक बेनती करनी चाहते हैं प्रशासन को तो दोषियों को भी ये गल कहने भी कंध खोल के गल सुन लो अगर जे सानू सूचना मिल गई सिख जथेबंदियों प्रशासन नाल लैके भावें तुसी दिल्ली हो भावें लुधियाने हो तुहानू सिख जथेबंदियों नाल लैके अरैसट करवावांगे नहीं तो अपनी जिहड़े कीते हुए गुनाह कबूल करो तो प्रशासन को अपनी गिरफ्तारी करो तो जिहड़ियां संगतां दे मनां नूं ठेस पहुंची आ ਉਹਨਾਂ ਸੰਗਤਾਂ ਦੇ ਜਿਹੜਾ ਮਨ ਆ ਉਹ ਸ਼ਾਂਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਮਾਮਲਾ ਜਿਹੜਾ ਨਿਹੰਗ ਸਿੰਘ ਗਏ ਆ ਥਾਣੇ ਦੇ ਬਾਹਰ ਕੀ ਮਾਮਲਾ ਹੈਗਾ ਇਹ ਮੁਕਦਮਾ ਨੰਬਰ 53 ਮਿਤੀ 22/23 ਦੇ ਅੰਡਰ ਸੈਕਸ਼ਨ 295A 292 IPC ਥਾਣਾ ਬੀ ਡਿਵੀਜ਼ਨ ਦੀ ਤਫਤੀਸ਼ ਦੇ ਸੰਬੰਧ ਵਿੱਚ ਸਰਦਾਰ ਮਨਜੀਤ ਸਿੰਘ ਝਬਾਲ ਸਰਦਾਰ ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ ਸਰਦਾਰ ਬਲਵੀਰ ਸਿੰਘ ਮੁਛਲ ਅਤੇ ਉਹਨਾਂ ਦੇ ਸਾਥੀ ਜਿਹੜੇ ਆ ਇਨਵੈਸਟੀਗੇਸ਼ਨ ਦੇ ਵਿੱਚ ਆਪਣੀ ਸਟੇਟਮੈਂਟ ਰਿਕਾਰਡ ਕਰਨ ਲਈ ਸਾਡੇ ਕੋਲ ਆਏ ਸੀ ਜਿਨ੍ਹਾਂ ਦੇ ਅਸੀਂ ਬਿਆਨ ਅੰਡਰ ਸੈਕਸ਼ਨ 161 CRPC ਤਹਿਤ ਹਾਸਲ ਕੀਤੇ ਆ ਇਸ ਤੋਂ ਇਲਾਵਾ ਉਹਨਾਂ ਨੇ ਮੌਕੇ ਦੀ ਜਿਹੜੀ ਇੱਕ ਪੈਂਡਰ ਵੀ ਪੇਸ਼ ਕੀਤੀ ਆ ਜਿਹਨੂੰ ਅਸੀਂ ਐਜ ਪਰ ਲਾ ਜਿਹੜੀ ਕਬਜ਼ਾ ਪੁਲਿਸ ਵਿੱਚ ਲਈ ਗਈ ਆ ਇਹਨਾਂ ਜੋ ਸਾਨੂੰ ਐਵੀਡੈਂਸ ਦਿੱਤੀ ਆ ਜਾਂ ਜੋ ਸਟੇਟਮੈਂਟ ਲਿਖਾਈ ਆ ਉਸ ਨੂੰ ਤਫਤੀਸ਼ ਦੌਰਾਨ ਵਾਚ ਕੇ ਉਸ 'ਤੇ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਬਣਦੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਸਰ ਮੌਕੇ 'ਤੇ ਤਸਵੀਰਾਂ ਵੀ ਤੁਹਾਡੇ ਕੋਲ ਆ ਚੁੱਕੀਆਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਬੇਅਦਬੀ ਜਿਹੜੀ ਹੋ ਰਹੀ ਹੈ ਲਗਾਤਾਰ ਉੱਥੇ ਤੰਬਾਕੂ ਦੱਸਿਆ ਜਾ ਰਿਹਾ ਵੀ ਅਸੀਂ ਹੋਰ ਗੰਦਗੀ ਵਿੱਚ ਗੁਟਕਾ ਸਾਹਿਬ ਪਏ ਨੇ ਤਾਂ ਹਜੇ ਤੱਕ ਕਾਰਵਾਈ ਅਸੀਂ ਕੀ ਕੀਤੀ ਇਸੇ ਕਰਕੇ FIR ਦਰਜ ਕੀਤੀ ਗਈ ਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਸਾਨੂੰ ਉੱਥੇ ਸਬੂਤ ਮਿਲਦੇ ਨੇ ਉਹ ਅਸੀਂ ਸਬੂਤ ਇਕੱਠੇ ਕੀਤੇ ਨੇ ਉਹ ਆਪਾਂ FSL ਲੈਬੋਰਟਰੀ ਭੇਜਾਂਗੇ ਉਸ ਮੁਤਾਬਕ ਜਿਹੜਾ ਇਨਵੈਸਟੀਗੇਸ਼ਨ ਦੌਰਾਨ ਜੇ ਤੱਥ ਸਾਹਮਣੇ ਆਉਣਗੇ ਅਸੀਂ ਕਾਰਵਾਈ ਨਾਲ ਨਾਲ ਕਰ ਹਿਰਾਸਤ ਵਿੱਚ ਆਇਆ ਹਜੇ ਤੱਕ ਦੋਸ਼ੀਆਂ 'ਤੇ ਅਸੀਂ ਰੇਡ ਕੀਤੇ ਨੇ ਫਿਲਹਾਲ ਦੋਸ਼ੀ ਆਪਣੇ ਘਰੋਂ ਫਰਾਰ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕੋਈ ਗੱਲ ਨਹੀਂ ਬੀਤੇ ਦਿਨੀ ਹਰਮ ਚਤਰ ਸਿੰਘ ਜੀਵਨ ਸਿੰਘ ਉਹਨਾਂ ਦੀ ਪ੍ਰੈਸ ਵਿੱਚੋਂ ਸਤਿਕਾਰ ਕਮੇਟੀ ਦੇ ਗੁਰਮ ਪਿਆਰੇ ਭਾਈ ਮਨਜੀਤ ਸਿੰਘ ਝਬਾਲ ਇਹਨਾਂ ਦੇ ਨਾਲ ਸਤਿਕਾਰ ਕਮੇਟੀ ਦੇ ਹੋਰ ਵੀ ਸਿੰਘ ਸਨ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੀ ਪ੍ਰੈਸ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਬਹੁਤਾਦ ਗਿਣਤੀ ਵਿੱਚ ਗੁਰਬਾਣੀ ਦੀਆਂ ਸੈਂਚੀਆਂ ਪੋਥੀਆਂ ਗੁਟਕੇ ਸਾਹਿਬ ਅਤੇ ਸਾਹਿਤ ਜਿਨ੍ਹਾਂ ਦਾ ਬਹੁਤ ਜ਼ਿਆਦਾ ਨਿਰਾਦਰ ਸੀ ਇਹਨਾਂ ਦੀ ਪ੍ਰੈਸ ਵਿੱਚ ਤੰਬਾਕੂ ਸ਼ਰਾਬ ਦੀਆਂ ਬੋਤਲਾਂ ਇਹ ਵੀ ਉੱਥੇ ਸਿੰਘਾਂ ਨੇ ਵੇਖੀਆਂ ਸਿੱਖਾਂ ਦੇ ਮਨਾਂ ਨੂੰ ਵੇਖ ਕਰਕੇ ਬਹੁਤ ਭਾਰੀ ਠੇਸ ਪਹੁੰਚੀ ਆ ਪ੍ਰਸ਼ਾਸਨ ਵੀ ਬਹੁਤ ਗਿਣਤੀ ਵਿੱਚ ਉੱਥੇ ਪਹੁੰਚਿਆ ਸੀ ਪ੍ਰਸ਼ਾਸਨ ਨੇ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਉੱਪਰ ਅਸੀਂ ਬਣਦੀ ਜ਼ਰੂਰ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਨਾਲ ਸਾਰੇ ਸਿੰਘਾਂ ਨੇ ਇੱਕ ਮੰਗ ਕੀਤੀ ਸੀ ਕਿ ਇਹਨਾਂ ਦੀ ਪ੍ਰੈਸ ਪੱਕੇ ਤੌਰ 'ਤੇ ਬੰਦ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਫਿਰ ਕੋਈ ਬੇਅਦਬੀ ਵਾਲੀ ਘਟਨਾ ਦਾ ਸਾਹਮਣਾ ਨਾ ਦੇਖਣਾ ਪਵੇ ਇਸੇ ਤਰ੍ਹਾਂ ਪ੍ਰਸ਼ਾਸਨ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਉੱਥੇ ਜਿਹੜੀਆਂ ਗੁਟਕੇ ਸਾਹਿਬ ਪੋਥੀਆਂ ਜਿੰਨਾ ਵੀ ਲਿਟਰੇਚਰ ਧਾਰਮਿਕ ਛਪਿਆ ਉਹ ਸ਼੍ਰੋਮਣੀ ਕਮੇਟੀ ਦੇ ਸਪੁਰਦ ਕੀਤਾ
ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਹੈ, ਪਰ ਸਾਨੂੰ ਸ਼੍ਰੋਮਣੀ ਕਮੇਟੀ 'ਤੇ ਕੋਈ ਵਿਸ਼ਵਾਸ ਨਹੀਂ। ਸ਼੍ਰੋਮਣੀ ਕਮੇਟੀ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਇੱਕ ਸੈੱਟ ਵੀ ਬਣਾਈ ਗਈ ਹੈ, ਉਹਦੀ ਬਣਾਈ ਸੈੱਟ 'ਤੇ ਸਾਨੂੰ ਕੋਈ ਯਕੀਨ ਨਹੀਂ ਗਾ। ਕਿਉਂ? ਉਹਦਾ ਇੱਕੋ ਇੱਕ ਕਾਰਨ ਆ ਕਿ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਬੇਅਦਬੀ ਦੇ ਉਹ ਦੋਸ਼ੀ ਆ। ਅਜੇ ਤੱਕ ਉਹਨਾਂ ਨੇ ਕੋਈ ਸਫਾਈ ਜਾਂ ਕੋਈ ਵੀ ਪੱਖ ਪੇਸ਼ ਨਹੀਂ ਕੀਤਾ। ਇਸ ਕਰਕੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ 'ਤੇ ਸਾਰੇ ਸਿੰਘਾਂ ਨੂੰ ਕੋਈ ਵੀ ਵਿਸ਼ਵਾਸ ਨਹੀਂ, ਉਹ ਕੁਛ ਵੀ ਕਰ ਸਕਦੇ ਆ। ਇਸ ਕਰਕੇ ਪ੍ਰਸ਼ਾਸਨ ਤਨਦੇਹੀ ਦੇ ਨਾਲ 15 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਜੇ ਉਹਨਾਂ ਦੀ 15 ਦਿਨਾਂ ਦੇ ਅੰਦਰ ਅੰਦਰ ਕੋਈ ਗ੍ਰਿਫਤਾਰੀ ਨਹੀਂ ਹੁੰਦੀ, ਆਉਣ ਵਾਲੇ ਸਮੇਂ ਵਿੱਚ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ, ਅਤੇ ਉਸ ਘਟਨਾ ਦਾ ਪੰਜਾਬ ਸਰਕਾਰ ਅਤੇ ਪੰਜਾਬ ਦਾ ਪ੍ਰਸ਼ਾਸਨ ਹੋਵੇਗਾ। ਇਹੀ ਸਾਡੇ ਇੱਥੇ ਬੀ ਡਿਵੀਜ਼ਨ ਥਾਣੇ ਵਿੱਚ ਆਉਣ ਦਾ ਸਾਡਾ ਅੱਜ ਦਾ ਇਹ ਕਾਰਨ ਸੀ। ਬਾਈ ਫਰਵਰੀ ਨੂੰ ਭਾਈ ਅਮਰੀਕ ਸਿੰਘ ਜੀ ਅਜਨਾਲਾ ਦਮਦਮੀ ਟਕਸਾਲ ਅਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਹੋਣਾ ਨੇ ਚਤਰ ਸਿੰਘ ਜੀਵਨ ਸਿੰਘ ਦੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਉੱਥੇ ਗੁਰਬਾਣੀ ਦੇ ਲਿਟਰੇਚਰ ਧਾਰਮਿਕ ਲਿਟਰੇਚਰ ਦੀ ਬੜੀ ਬੇਅਦਬੀ ਹੋ ਰਹੀ ਆ, ਜਿਹੜੀ ਕਿ ਅੱਜ ਕੋਈ ਨਵੀਂ ਗੱਲ ਨਹੀਂ ਹੈ। ਅੱਗੇ 3 ਵਾਰੀ ਇਹ ਕੁਛ ਕਰ ਚੁੱਕੇ ਆ। 2008 ਦੇ ਵਿੱਚ ਇੱਕ ਟਰੱਕ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਕੜੇ ਗਏ ਸਨ ਔਰ ਇਹ ਪ੍ਰਭਜੀਤ ਸਿੰਘ ਦਾ ਮੂੰਹ ਕਾਲਾ ਕੀਤਾ ਗਿਆ ਸੀ ਬਕਾਇਦਾ। ਉਸ ਤੋਂ ਬਾਅਦ ਪਿਛਲੇ ਸਾਲ 2022 ਫਰਵਰੀ ਦੇ ਵਿੱਚ ਵੀ ਇੱਕ ਆਟੋ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ 'ਤੇ ਗੁੱਟਕੇ ਭੇਜ ਰਹੇ ਸਨ। ਹੋਣ ਵਾਲੀ ਘਟਨਾ ਤੁਹਾਡੇ ਸਾਹਮਣੇ ਆ, ਬੜੀ ਘੋਰ ਬੇਅਦਬੀ ਹੋ ਰਹੀ ਸੀ ਜਦੋਂ ਇਹ ਮੌਕੇ 'ਤੇ ਗਏ ਨੇ। ਈਵਨ ਸੁਖਮਣੀ ਸਾਹਿਬ ਦੀ ਬਾਣੀ ਦੇ ਪਾਠ ਦੇ ਗੁਟਕੇ ਸਾਹਿਬ ਬਾਹਰ ਥੱਲਿਓਂ ਜ਼ਮੀਨ ਤੋਂ ਫੜੇ ਗਏ ਆ ਔਰ ਉੱਥੇ ਤੰਬਾਕੂ ਦੀ ਵਰਤੋਂ, ਸ਼ਰਾਬਾਂ ਦੀ ਵਰਤੋਂ, ਸਾਰਾ ਕੁਛ ਇਹ ਹੁੰਦਾ ਰਿਹਾ। ਔਰ ਇਹ ਕਿਉਂਕਿ ਸਰਮਾਏਦਾਰ ਹੋਣ ਕਰਕੇ ਕਰੋੜਾਂਪਤੀ ਫਰਮ ਆ, ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕਰ ਜਾਂਦੀ ਆ। ਇੱਕ ਸਾਨੂੰ ਅਫਸੋਸ ਵੀ ਆ ਕਿ ਮੀਡੀਆ ਨੇ ਵੀ 3 ਦਿਨ ਹੋ ਗਏ ਆ, ਮੀਡੀਆ ਨੇ ਇਹਦੀ ਕੋਈ ਕਵਰੇਜ ਨਹੀਂ ਕੀਤੀ। ਐਡਾ ਵੱਡਾ ਮਸਲਾ ਹੋਵੇ, ਇੰਨੀ ਵੱਡੀ ਘੋਰ ਬੇਅਦਬੀ ਇਹਨਾਂ ਕੀਤੀ ਹੋਵੇ, ਸੋ ਜਿੱਥੇ ਪ੍ਰਸ਼ਾਸਨ ਕੋਲੋਂ ਮੰਗ ਆ ਉੱਥੇ ਮੀਡੀਆ ਨੂੰ ਵੀ ਰਿਕੁਐਸਟ ਆ ਕਿ ਜਿਹੜਾ ਇਹੋ ਜਿਹਾ ਇੰਨਾ ਗੰਭੀਰ ਮੁੱਦਾ ਹੁੰਦਾ ਆ ਉਹ ਜ਼ਰੂਰ ਉੱਥੇ ਕਿਸੇ ਦਾ ਪ੍ਰਭਾਵ ਨਾ ਕਬੂਲ ਕੇ ਉਹ ਜਨਤਾ ਦੇ ਅਤੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ। ਔਰ ਬਾਕੀ ਇਹਨਾਂ ਨੇ ਮੰਗ ਕੀਤੀ ਹੀ ਆ ਕਿ ਜੇ ਇਹਨਾਂ 'ਤੇ ਕੋਈ ਸਖਤ ਕਦਮ ਨਾ ਚੁੱਕਿਆ ਗਿਆ, ਆਉਣ ਵਾਲੇ ਸਮੇਂ 'ਚ ਧਾਰਮਿਕ ਲਿਟਰੇਚਰ ਇਹਨਾਂ ਵੱਲੋਂ ਛਾਪਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਣੀ ਚਾਹੀਦੀ ਆ। ਅਗਰ ਨਾ ਹੋਇਆ ਤਾਂ ਸਾਰੀਆਂ ਜਥੇਬੰਦੀਆਂ ਇਹ ਕੋਈ ਨਾ ਕੋਈ ਅੱਗੋਂ ਐਕਸ਼ਨ ਦੇ ਬਾਰੇ 'ਚ ਫਿਰ ਅੱਗੋਂ ਸੋਚਣਗੀਆਂ। ਧੰਨਵਾਦ। ਕੱਲ੍ਹ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵਾ ਕਿ ਸਾਰੀਆਂ ਪ੍ਰੈਸਾਂ ਦੀ ਭੋਖ ਪੜਤਾਲ ਕੀਤੀ ਜਾਵੇ। ਚੰਗੀ ਗੱਲ ਆ ਜੀ, ਹੋਣੀ ਚਾਹੀਦੀ ਆ। ਵਿੱਚੇ ਗੋਲਡਨ ਆਫਸੈਟ ਪ੍ਰੈਸ। ਹਾਂਜੀ ਬਿਲਕੁਲ ਠੀਕ ਆ। ਚਲ ਕੌਮ ਤਾਂ ਹਮੇਸ਼ਾ ਹੀ ਅਤੇ ਕਿਤੇ ਵੀ ਕਿਤੇ ਬੇਅਦਬੀ ਹੋਈ ਹੋਊਗੀ, ਅਤੇ ਜਿਹੜਾ ਵੀ ਦਰਦ ਰੱਖਦਾ ਆ ਕੌਮ ਦੇ ਨਾਲ ਉਹਨੂੰ ਉਸ ਗੱਲ ਦਾ ਤਾਂ ਰੋਸ ਹੋਣਾ, ਅਤੇ ਬਹੁਤ ਚੰਗੀ ਗੱਲ ਆ ਵੀ ਹਰ ਥਾਂ 'ਤੇ ਉਹ ਚੈੱਕ ਕੀਤੀ ਜਾਵੇ। ਸਰ ਚਾਹੀਦਾ ਨਹੀਂ ਕਿ ਜਿਵੇਂ ਹਰ ਮਹੀਨੇ ਜਾਂਚ ਰੱਖੀ ਜਾਵੇ ਕਿ ਜਿੱਥੇ ਗੁਟਕੇ ਸਾਹਿਬ ਛਪਦੇ ਆ ਪ੍ਰਿੰਟਿੰਗ ਹੁੰਦੀ ਆ? ਬਿਲਕੁਲ ਚਾਹੀਦਾ ਜੀ। ਇਹ ਸ਼੍ਰੋਮਣੀ ਕਮੇਟੀ ਦੀਆਂ ਖਾਮੀਆਂ ਆ। ਹੁਣੇ ਭਾਈ ਅਮਰੀਕ ਸਿੰਘ ਹੋਣੀ ਕਹਿ ਚੁੱਕੇ ਆ ਵੀ ਉਹਨਾਂ ਤੋਂ ਕੋਈ ਆਸ ਨਹੀਂ, ਕਿਸੇ ਚੰਗੇ ਦੀ ਆਸ ਨਹੀਂ, ਨਾ ਅਕਾਲ ਤਖਤ ਸਾਹਿਬ ਤੋਂ, ਨਾ ਸ਼੍ਰੋਮਣੀ ਕਮੇਟੀ ਤੋਂ। ਅੱਜ ਤੁਸੀਂ ਹੁਣ ਅੰਦਰੋਂ ਅੰਦਰ ਮਿਲ ਕੇ ਆਏ ਹੋ, ਕੀ ਆਸ਼ਵਾਸਨ ਮਿਲਿਆ ਤੁਹਾਨੂੰ ਅਤੇ ਕੀ ਗੱਲਬਾਤ ਹੋਈ? ਵੇਖੋ ਜੀ, ਇਹ ਬਿਆਨ ਅੱਜ ਹੋਏ ਨੇ ਭਾਈ ਅਮਰੀਕ ਸਿੰਘ ਹੋਣਾਂ ਦਾ ਵੀ, ਭਾਈ ਮਨਜੀਤ ਸਿੰਘ ਹੋਣਾਂ ਦਾ, ਇਹਨਾਂ ਦੇ ਸਾਥੀਆਂ ਦੇ ਬਿਆਨ ਹੋਏ ਔਰ SHO ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਉਹ ਇਸ ਵੇਲੇ ਅੰਡਰਗਰਾਊਂਡ ਹੋਏ ਪਏ ਆ। ਜਦੋਂ ਉਹਨਾਂ ਦੀ ਕੋਈ ਸੂਹ ਮਿਲਦੀ ਆ ਰੇਡ ਕਰਕੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ।